ਆ ਦੇਖੋ ਢਾਤਾ 5 ਕਰੋੜ ਦਾ ਆਲੀਸ਼ਾਨ ਘਰ, ਮੌਕੇ ਤੇ ਖੜੀਆਂ 3 ਗੱਡੀਆਂ ਦਾ ਵੀ ਕੱਢਿਆ ਕਚੁੰਬਰ। ਤਾਂ ਵੇਖ ਸਕਦੇ ਹੋ ਇਹ ਆਲੀਸ਼ਾਨ ਘਰ ਜਿਸ ਦੀ ਕੀਮਤ 5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਆਲੀਸ਼ਾਨ ਘਰ ਨੂੰ ਢਹਿ ਢੇਰੀ ਕੀਤਾ ਗਿਆ। ਤਾਂ ਦੱਸ ਦਈਏ ਕਿ ਬੁਲਡੋਜ਼ਰ ਦੇ ਨਾਲ ਇਹ ਘਰ ਢਾਇਆ ਗਿਆ ਹੈ ਤੇ ਮੌਕੇ ਤੇ ਖੜੀਆਂ ਗੱਡੀਆਂ ਦਾ ਵੀ ਕਚੁੰਬਰ ਕਰ ਦਿੱਤਾ ਗਿਆ ਹੈ। ਤਾਂ ਇਹ ਘਰ ਦੱਸ ਦਈਏ ਕਿ ਕਾਂਗਰਸੀ ਆਗੂ ਦਾ, ਜਿੱਥੇ ਪਿਛਲੇ ਦਿਨੀ ਪੁਲਿਸ ਥਾਣੇ ਦੇ ਉੱਤੇ ਪਥਰਾ ਹੋਇਆ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਘਰ ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ ਤੇ ਪ੍ਰਸ਼ਾਸਨ ਦੀ ਪਰਮਿਸ਼ਨ ਤੋਂ ਬਿਨਾਂ ਹੀ ਇਸ ਨੂੰ ਬਣਾਇਆ ਗਿਆ ਸੀ। ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਬੁਲਡੋਜ਼ਰ ਚਲਾ ਦਿੱਤਾ ਗਿਆ ਤੇ ਸਾਰਾ ਘਰ ਢਹਿ ਢੇਰੀ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਕਾਂਗਰਸੀ ਆਗੂ ਪਰਿਵਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਪੁਲਿਸ ਨੇ ਉਸਦੇ ਘਰ ਪਹੁੰਚ ਕੇ ਇਹ ਵੱਡੀ ਕਾਰਵਾਈ ਕੀਤੀ ਹੈ ਜਿੱਥੇ ਘਰ ਦੇ ਵਿੱਚ ਖੜੀਆਂ ਗੱਡੀਆਂ ਦਾ ਵੀ ਬੁਲਡੋਜ਼ਰ ਚੜਾ ਕੇ ਉਹਨਾਂ ਦਾ ਕਚੁੰਬਰ ਕੱਢ ਦਿੱਤਾ ਗਿਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਿਛਲੇ ਦਿਨੀ ਪੁਲਿਸ ਥਾਣੇ ਦੇ ਉੱਤੇ ਪਥਰਾ ਹੋਇਆ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਇਸਦੇ ਮੁੱਖ ਮੁਲਜ਼ਮ ਜੋ ਕਿ ਇੱਕ ਕਾਂਗਰਸੀ ਆਗੂ ਹੈ ਉਸਦੇ ਘਰ ਦੇ ਉੱਤੇ ਪਹੁੰਚ ਕੀਤੀ ਗਈ। ਤਾਂ ਉਸਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ 5 ਕਰੋੜ ਦਾ ਆਲੀਸ਼ਾਨ ਘਰ ਬਣਾਇਆ ਗਿਆ ਸੀ। ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਉਸਦਾ ਸਾਰਾ ਘਰ ਢਹਿ ਢੇਰੀ ਕੀਤਾ ਗਿਆ ਹੈ। ਤਾਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਘਰ ਨੂੰ ਢਹਿ ਢੇਰੀ ਕੀਤਾ ਗਿਆ ਹੈ। ਆ ਦੇਖੋ ਢਾਤਾ 5 ਕਰੋੜ ਦਾ ਆਲੀਸ਼ਾਨ ਘਰ, ਮੌਕੇ ਤੇ ਖੜੀਆਂ 3 ਗੱਡੀਆਂ ਦਾ ਵੀ ਕੱਢਿਆ ਕਚੁੰਬਰ। ਤਾਂ ਵੇਖ ਸਕਦੇ ਹੋ ਇਹ ਆਲੀਸ਼ਾਨ ਘਰ ਜਿਸ ਦੀ ਕੀਮਤ 5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਆਲੀਸ਼ਾਨ ਘਰ ਨੂੰ ਢਹਿ ਢੇਰੀ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਬੁਲਡੋਜ਼ਰ ਦੇ ਨਾਲ ਇਹ ਘਰ ਢਾਇਆ ਗਿਆ ਹੈ ਤੇ ਮੌਕੇ ਤੇ ਖੜੀਆਂ ਗੱਡੀਆਂ ਦਾ ਵੀ ਕਚੁੰਬਰ ਕਰ ਦਿੱਤਾ ਗਿਆ ਹੈ। ਤਾਂ ਇਹ ਘਰ ਦੱਸ ਦਈਏ ਕਿ ਕਾਂਗਰਸੀ ਆਗੂ ਦਾ, ਜਿੱਥੇ ਪਿਛਲੇ ਦਿਨੀ ਪੁਲਿਸ ਥਾਣੇ ਦੇ ਉੱਤੇ ਪਥਰਾ ਹੋਇਆ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਘਰ ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ ਤੇ ਪ੍ਰਸ਼ਾਸਨ ਦੀ ਪਰਮਿਸ਼ਨ ਤੋਂ ਬਿਨਾਂ ਹੀ ਇਸ ਨੂੰ ਬਣਾਇਆ ਗਿਆ ਸੀ। ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਬੁਲਡੋਜ਼ਰ ਚਲਾ ਦਿੱਤਾ ਗਿਆ ਤੇ ਸਾਰਾ ਘਰ ਢਹਿ ਢੇਰੀ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਕਾਂਗਰਸੀ ਆਗੂ ਪਰਿਵਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਪੁਲਿਸ ਨੇ ਉਸਦੇ ਘਰ ਪਹੁੰਚ ਕੇ ਇਹ ਵੱਡੀ ਕਾਰਵਾਈ ਕੀਤੀ ਹੈ ਜਿੱਥੇ ਘਰ ਦੇ ਵਿੱਚ ਖੜੀਆਂ ਗੱਡੀਆਂ ਦਾ ਵੀ ਬੁਲਡੋਜ਼ਰ ਚੜਾ ਕੇ ਉਹਨਾਂ ਦਾ ਕਚੁੰਬਰ ਕੱਢ ਦਿੱਤਾ ਗਿਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਿਛਲੇ ਦਿਨੀ ਪੁਲਿਸ ਥਾਣੇ ਦੇ ਉੱਤੇ ਪਥਰਾ ਹੋਇਆ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਇਸਦੇ ਮੁੱਖ ਮੁਲਜ਼ਮ ਜੋ ਕਿ ਇੱਕ ਕਾਂਗਰਸੀ ਆਗੂ ਹੈ ਉਸਦੇ ਘਰ ਦੇ ਉੱਤੇ ਪਹੁੰਚ ਕੀਤੀ ਗਈ। ਤਾਂ ਉਸਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ 5 ਕਰੋੜ ਦਾ ਆਲੀਸ਼ਾਨ ਘਰ ਬਣਾਇਆ ਗਿਆ ਸੀ। ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਉਸਦਾ ਸਾਰਾ ਘਰ ਢਹਿ ਢੇਰੀ ਕੀਤਾ ਗਿਆ ਹੈ। ਤਾਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਘਰ ਨੂੰ ਢਹਿ ਢੇਰੀ ਕੀਤਾ ਗਿਆ ਹੈ।